ਉੱਤੇ ਇੱਕ ਬਹੁਤ ਹੀ ਉੱਚਾ ਤੇ ਵੱਡਾ ਖੀਰ ਦਾ ਪਤੀਲਾ ਰਿੱਝ ਰਿਹਾ ਸੀ ਤੇ ਉਹਦੇ ਚੋਂ ਲੈਚੀਆਂ ਤੇ ਕੜੇ ਹੋਏ ਦੁੱਧ ਦੀ ਖੁਸ਼ਬੂ ਆਉਂਦੀ ਸੀ ਤੇ ਨਰਕਾਂ ਵਾਲੇ ਉਹਨੂੰ ਸੁੰਘੀ ਜਾਂਦੇ ਸੀ। ਤੇ ਇਹ ਦੇਖ ਕੇ ਉਹਨੇ ਨਰਕ ਵਾਸੀਆਂ ਨੂੰ ਪੁੱਛਿਆ, ਯਾਰ ਤੁਹਾਡੇ ਕੋਲ ਖੀਰ ਰਿੱਝੀ ਜਾਂਦੀ ਹੈ ਤੇ ਤੁਸੀਂ ਕਿੰਨੇ ਕਮਜ਼ੋਰ ਪਏ ਹੋ? ਤਾਂ ਉਹ ਕਹਿੰਦੇ, ਯਾਰ ਅਸੀਂ ਇਹ ਖੀਰ ਖਾ ਨਹੀਂ ਸਕਦੇ, ਬਸ ਸੁੰਘ ਹੀ ਸਕਦੇ ਹਾਂ। ਫਿਰ ਉਹ ਬੰਦੇ ਨੂੰ ਸੁਰਗਾਂ 'ਚ ਲੈ ਗਏ। ਸੁਰਗਾਂ 'ਚ ਦੇਖਿਆ ਤਾਂ ਉੱਥੇ ਵੀ ਉਹੋ ਜਿਹਾ ਹੀ ਵੱਡਾ ਸਾਰਾ ਪਤੀਲਾ ਖੀਰ ਦਾ ਰਿੱਝੇ ਅਤੇ ਸੁਰਗ ਵਾਸੀਆਂ ਨੇ ਉੱਤੇ ਪੌੜੀ ਲਾਈ ਹੋਈ ਉੱਪਰ ਚੜ੍ਹੀ ਜਾਣ ਅਤੇ ਕੌਲੇ ਭਰ ਭਰ ਕੇ ਖੀਰਾਂ ਖਾਣ। ਜਦੋਂ ਉਹਨੇ ਜਾ ਕੇ ਧਰਮਰਾਜ ਤੋਂ ਪੁੱਛਿਆ ਕਿ ਇਹ ਭੇਦਭਾਵ ਕਿਉਂ ਜੀ ਧਰਮਰਾਜ ਸਾਹਿਬ, ਤਾਂ ਧਰਮਰਾਜ ਕਹਿੰਦਾ, ਭੇਦਭਾਵ ਨਹੀਂ ਕਰਦਾ ਮੈਂ ਕੋਈ, ਤੂੰ ਦੇਖਿਆ ਹੋਣਾ ਦੋਵੇਂ ਪਾਸੇ ਖੀਰ ਉਵੇਂ ਹੀ ਰਿੰਨੀ ਜਾ ਰਹੀ ਆ। ਸੁਰਗਾਂ ਵਾਲਿਆਂ ਨੇ ਮਿਹਨਤ ਨਾਲ ਦਰਖਤ ਵੱਢ ਕੇ ਪੌੜੀ ਬਣਾ ਲਈ ਅਤੇ ਮੌਜਾਂ ਲੁੱਟਦੇ ਆ, ਅਤੇ ਉਹ ਨਰਕਾਂ ਵਾਲੇ ਸਾਰੇ ਸਾਲੇ ਆਲਸੀ ਨਿਕੰਮੇ ਦਰਖਤ ਤਾਂ ਉਹਨਾਂ ਕੋਲ ਵੀ ਹੈਗੇ ਆ, ਪਰ ਪੌੜੀ ਕੌਣ ਬਣਾਵੇ।